ਥਰਮਲ ਪਲਾਂਟ 1708 ਕਰੋੜ ਰੁਪਇਆ ਨੂੰ ਖੜੇ ਦਾ ਦੇਤਾ ਜੀ। ਐ ਲੁਟਾਇਆ ਤੁਹਾਡਾ ਪੈਸਾ, ਐ ਲੁਟਾਇਆ ਉਹਨਾਂ ਨੇ ਤੁਹਾਡਾ ਪੈਸਾ। ਪੰਜਾਬ ਨੂੰ ਤਾਂ ਚੀਰ 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 ਕੇ ਖਾ ਗਏ। ਇਤਿਹਾਸ ਦੱਸ ਦਿੰਦਾ ਕਿ ਪਿਛਲੀ ਵਾਰ 5 ਸਤੰਬਰ ਨੂੰ ਅਸੀਂ ਬਹੁਤ ਵੱਡੀਆਂ ਅਨਾਉਂਸਮੈਂਟਸ ਕੀਤੀਆਂ ਸੀ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ, ਤਨਖਾਹਾਂ ਵਧਾਵਾਂਗੇ, ਬਣਦਾ ਮਾਨ ਸਨਮਾਨ ਮਿਲੂਗਾ, ਉਹਨਾਂ ਨੂੰ ਅਧਿਆਪਕ ਦੇ ਨਾਮ ਤੋਂ ਜਾਣਿਆ ਜਾਊਗਾ। ਬਹੁਤ ਸਾਰੇ ਅਧਿਆਪਕ ਮੈਨੂੰ ਈਮੇਲ ਕੀਤੀਆਂ, ਮੇਰੇ ਕੋਲ ਆਏ। 5 ਸਤੰਬਰ ਵਾਲਾ ਅਸੀਂ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਰਹੇ ਹਾਂ, ਪਹਿਲੀ ਵਾਰ ਸਾਨੂੰ ਅਧਿਆਪਕ ਦਿਵਸ ਮਨਾ ਕੇ ਖੁਸ਼ੀ ਹੋਈ ਹੈ। 1 ਰੁਪਇਆ ਨੀ ਮੈਂ ਇਧਰ ਉਧਰ ਜਾਣ ਦੇਊਂਗਾ, ਔਰ ਜਿਹਨੇ ਪਹਿਲਾਂ ਖਾ ਲਿਆ ਉਹਨੂੰ ਲੱਭਣ ਚ ਵੀ ਮੈਂ ਕੋਈ ਕਸਰ ਨਹੀਂ ਛੱਡਣੀ। ਪਹਾੜਾਂ ਦੇ ਪਹਾੜ ਖਾ ਗਏ, ਆਉਣ ਵਾਲੇ ਦਿਨਾਂ ਚ ਦੇਖਿਓ ਤੁਸੀਂ ਵੱਡੇ ਵੱਡਿਆਂ ਦੇ ਨਿਕਲਣਗੇ, ਹੁਣ ਕਿਸੇ ਐਡੇ ਐਡੇ ਐਗਰੀਮੈਂਟ ਕੀਤੇ ਹੋਏ ਨੇ, ਤੁਸੀਂ ਹੈਰਾਨ ਹੀ ਰਹਿ ਜਾਓਗੇ। ਇਹਦਾ ਜੇ MLA ਨਾ ਬਣਨ ਇਹ ਤਾਂ ਕਮਲੇ ਹੋ ਜਾਂਦੇ ਆ। ਤੁਸੀਂ ਦੇਖ ਲਓ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਨਾ, ਸਾਰੇ ਜਿਹੜਾ ਆਉਂਦਾ ਤੜਕੀ ਮੈਨੂੰ ਗਾਲਾਂ ਕੱਢ ਲੈਣਾ, ਸਾਰੇ ਵੱਡੇ ਵੱਡੇ ਲੀਡਰ, ਕਿਉਂਕਿ ਉਹਨਾਂ ਦੀਆਂ ਕੁਰਸੀਆਂ ਚਲੀਆਂ ਗਈਆਂ। ਤੁਸੀਂ ਹਾਲਾਤ ਦੇਖ ਲਓ ਕਿ ਅਜੇ ਤਾਂ 21-22 ਮਹੀਨਿਆਂ ਦੇ ਵਿੱਚ ਇਹਨਾਂ ਦਾ ਆਹ ਹਾਲ ਹੈ। 3-4 ਸਾਲ ਜਦੋਂ ਹੋ ਗਏ ਆਪਣੀ ਸਰਕਾਰ ਨੂੰ ਚੱਲਦਿਆਂ ਨੂੰ, ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਮਾਰਨ ਲੱਗ ਜਾਣਗੇ ਯਾਰ। ਪੰਜਾਬ ਸਰਕਾਰ ਨੇ ਉਲਟੀ ਗੰਗਾ ਚਲਾਤੀ, ਤੁਸੀਂ ਸੁਣਿਆ ਹੋਣਾ, ਪੜਿਆ ਵੀ ਹੋਣਾ। ਪਿੱਛੇ ਜਿਹੇ 1 ਫਰਵਰੀ ਨੂੰ ਹੀ ਗੋਇੰਦਵਾਲ ਸਾਹਿਬ ਵਾਲਾ GVK ਦਾ ਜਿਹੜਾ ਥਰਮਲ ਪਲਾਂਟ ਸੀ ਉਹ 540 MW ਦਾ, ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਜੀ 1080 ਕਰੋੜ ਦਾ। ਕਿਉਂਕਿ ਸਾਡੇ ਕੋਲ ਕੋਲੇ ਦੀ ਮਾਈਨ ਹੈਗੀ ਹੈ, ਅਸੀਂ ਕੋਲੇ ਦੀ ਮਾਈਨ ਚਲਾ ਲਈ 2 ਅਕਤੂਬਰ 2022 ਚ। ਪਛਵਾੜਾ ਨਾਂ ਦੀ ਜਗ੍ਹਾ ਇੱਕ ਝਾਰਖੰਡ ਚ, ਉੱਥੇ ਪੰਜਾਬ ਦੀ ਇੱਕ ਕੋਲੇ ਦੀ ਖਾਨ ਸੀ, ਬੰਦ ਪਈ ਸੀ 2015 ਤੋਂ। ਕਿਉਂ ਬੰਦ ਪਈ ਸੀ ਭਲਾ? ਵੀ ਉਧਰੋਂ ਲਓ ਪ੍ਰਾਈਵੇਟ ਵਾਲਿਆਂ ਤੋਂ, ਕਿਤੋਂ ਉਹਦੇ ਨਾਲ ਗੱਲ ਕਰ ਲਓ। ਪਤਾ ਨੀ ਕਹਿੰਦੇ ਨਾਲ ਜਾਣਗੇ, ਪਤਾ ਨੀ ਧਰਮ ਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ। ਵੀ ਕੋਈ ਤਾਂ ਚੀਜ਼ ਛੱਡ ਦੋ ਯਾਰ, ਕਿਤੋਂ ਤਾਂ ਛੱਡ ਦੋ। ਝਾਰਖੰਡ ਤੋਂ ਵੀ ਖਾਈ ਜਾਂਦੇ ਨੇ, ਕੋਲੇ ਚੋਂ ਵੀ ਖਾਈ ਜਾਂਦੇ ਆ, ਦੱਸੋ। ਸੋ ਅਸੀਂ ਚਲਾ ਲਈ ਉਹ ਮਿਲ ਜਿਹੜੀ ਮਾਈਨ ਹੈ, ਪਰ ਉਹਦੇ ਇੱਕ ਸ਼ਰਤ ਹੈ ਕੋਲ ਡਿਪਾਰਟਮੈਂਟ ਦੀ ਕਿ ਸਿਰਫ ਸਰਕਾਰੀ ਥਰਮਲ ਪਲਾਂਟ 'ਚ ਹੀ ਉਹ ਕੋਲਾ ਵਰਤਿਆ ਜਾ ਸਕਦਾ। ਆਪਣੇ ਕੋਲ 5 ਨੇ, 2 ਸਰਕਾਰੀ ਸੀ, 3 ਪ੍ਰਾਈਵੇਟ ਸੀ। ਤਾਂ ਕੋਲਾ ਸਾਡੇ ਕੋਲ ਇੰਨਾ ਕਿ 30 ਲੱਖ ਮੀਟ੍ਰਿਕ ਟਨ 1 ਸਾਲ 'ਚ ਹੈ, ਸਰਾਂ ਸਾਹਿਬ ਇੰਨਾ ਹੀ ਹੈ ਨਾ, 70 ਲੱਖ ਮੀਟ੍ਰਿਕ ਟਨ 1 ਸਾਲ 'ਚ ਆਪਾਂ ਉਹ ਕੋਲਾ ਕੱਢ ਸਕਦੇ ਹਾਂ। ਬਿਜਲੀ ਬੋਰਡ ਦੇ ਵੀ ਸਭ ਤੋਂ ਵੱਡੇ ਜਿਹੜੇ CMD ਨੇ ਉਹ ਵੀ ਨਾਲ ਆਏ ਹੋਏ ਨੇ, 70 ਲੱਖ ਮੀਟ੍ਰਿਕ ਟਨ ਕੱਢ ਸਕਦੇ ਹਾਂ। 2 ਥਰਮਲ ਪਲਾਂਟ ਸੀ, ਉਹਨਾਂ ਨੂੰ ਦੇ ਨਹੀਂ ਸਕਦੇ, ਇਹ ਘਾਟੇ 'ਚ ਸੀ GVK ਵਾਲਾ। ਅਸੀਂ ਕਿਹਾ ਸਾਨੂੰ ਫੜਾ ਦਿਓ, ਸਾਡੇ ਕੋਲ ਹੈਗਾ ਕੱਚਾ ਮਾਲ। ਅਸੀਂ ਉਹਨਾਂ ਤੋਂ ਲੈ ਲਿਆ, ਤੇ ਨਾਲੇ ਹੋਰ ਤੁਹਾਨੂੰ ਦੱਸ ਦਈਏ ਕਿ ਸਾਨੂੰ ਹਜੇ ਮੈਨੂੰ ਤੇਜ ਵੀ ਦੱਸਦੇ ਸੀ, ਕੱਲ ਪਰਸੋਂ ਪਰਮਿਸ਼ਨ ਮਿਲੀ ਹੈ ਉਸ ਕੋਲੇ ਨੂੰ ਵਰਤਣ ਦੀ। ਉਸ ਕੋਲੇ ਨੂੰ GVK ਜਿਹੜਾ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਜੀ ਦਾ ਨਾਮ ਰੱਖਿਆ, ਉਹ 'ਚ ਵਰਤਣ ਦੀ ਪਰਮਿਸ਼ਨ ਮਿਲ ਗਈ। ਹੁਣ ਆਪਣੇ ਕੋਲ 3 ਥਰਮਲ ਪਲਾਂਟ ਨੇ, ਤੇ ਨਾਲੇ ਤਾਂ TPA ਖਤਮ ਹੋ ਗਿਆ, ਜਿਹੜੇ ਪਾਵਰ ਪਰਚੇਜ ਐਗਰੀਮੈਂਟ ਸੀ ਮਹਿੰਗੇ ਕੀਤੇ ਹੋਏ, ਉਹ 'ਚੋਂ 1 ਤਾਂ ਜਦੋਂ ਉਹ ਵੀ ਖਰੀਦ ਲਿਆ, ਥਰਮਲ ਪਲਾਂਟ ਹੀ ਖਰੀਦ ਲਿਆ ਤਾਂ ਉਹ ਵੀ ਗਿਆ ਵਿੱਚ ਐਗਰੀਮੈਂਟ। 400 ਏਕੜ ਆਪਣੇ ਕੋਲ ਜ਼ਮੀਨ ਵੀ ਮਿਲ ਗਈ ਆਪਾਂ ਨੂੰ, ਵੱਧ 1080 ਕਰੋੜ 'ਚ ਖਰੀਦਿਆ।
ਦੇਸ਼ ਦਾ ਸਭ ਤੋਂ ਸਸਤਾ ਸੌਦਾ ਜੀ, ਸਭ ਤੋਂ ਸਸਤਾ ਸੌਦਾ। 2 ਕਰੋੜ ਰੁਪਏ ਪਰ ਮੈਗਾਵਾਟ ਸਾਨੂੰ ਕੀਮਤ ਪਈ ਆ ਉਹਦੀ। ਜੇ ਅੱਜ 540 ਮੈਗਾਵਾਟ ਦਾ ਥਰਮਲ ਪਲਾਂਟ ਲਾਉਣਾ ਸ਼ੁਰੂ ਕਰ ਦਈਏ, 4 ਸਾਲਾਂ ਨੂੰ ਉਹ ਬਿਜਲੀ ਉਤਪਾਦਨ ਸ਼ੁਰੂ ਕਰੂਗਾ ਤੇ ਕਿੰਨਾ ਉਹਦੀ ਕੀਮਤ ਪਊਗੀ? 8 ਕਰੋੜ 35 ਲੱਖ ਰੁਪਏ ਪਰ ਮੈਗਾਵਾਟ, ਯਾਨੀ ਕਿ 5000 ਕਰੋੜ ਵਾਲੀ ਚੀਜ਼ ਆਪਾਂ 1080 ਚ ਖਰੀਦ ਲਈ। ਤੇ ਨਾਲ ਪਹਿਲਾਂ ਵਾਲਿਆਂ ਦੀਆਂ ਦੇਖ ਲਓ ਜਿਹੜੇ ਚੰਦ ਚਾੜੇ ਹੋਏ ਨੇ ਇਹਨਾਂ ਨੇ। ਇਸ ਥਰਮਲ ਪਲਾਂਟ ਨੂੰ ਉਹ ਪਾਵਰ ਪ੍ਰੇਜ ਐਗਰੀਮੈਂਟ ਮੁਤਾਬਕ 1708 ਕਰੋੜ ਰੁਪਈਆ, ਜਿਹਦੀ ਕੁੱਲ ਕੀਮਤ ਚ 1080 ਕਰੋੜ ਹੈ, ਉਹਨੂੰ 1708 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਉਹ ਦੇਤਾ ਜਦੋਂ ਉਹ ਚੱਲਿਆ ਹੀ ਨਹੀਂ ਸੀ, ਕਿਉਂਕਿ ਐਗਰੀਮੈਂਟ ਸੀ ਚਾਹੇ ਖਰੀਦੋ ਚਾਹੇ ਨਾ ਖਰੀਦੋ, ਅਸੀਂ ਤਾਂ ਇੰਨੇ ਪੈਸੇ ਲੈਣੇ ਲੈਣੇ ਨੇ। ਜਦੋਂ ਉਹ ਖੜਾ ਸੀ ਥਰਮਲ ਪਲਾਂਟ, 1708 ਕਰੋੜ ਰੁਪਈਆ ਨੂੰ ਖੜੇ ਦਾ ਦੇਤਾ ਜੀ, ਐਂ ਲੁਟਾਇਆ ਤੁਹਾਡਾ ਪੈਸਾ, ਐਂ ਲੁਟਾਇਆ ਉਹਨਾਂ ਨੇ ਤੁਹਾਡਾ ਪੈਸਾ। ਪੰਜਾਬ ਨੂੰ ਤਾਂ ਚੀਰ 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 ਕੀਰ ਕੇ ਖਾ ਗਏ। ਸੋ ਹੁਣ ਉਹਦੇ ਨਾਲ ਕੀ ਹੋਊਗਾ? ਬਿਜਲੀ ਤਾਂ ਮੈਂ ਪਹਿਲਾਂ ਹੀ ਫ੍ਰੀ ਦਿੰਦਾ, 90% ਘਰਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਆਉਂਦਾ, 300 ਯੂਨਿਟ ਪਰ ਮੰਥ, 600 ਯੂਨਿਟ ਦਾ ਸਰਕਲ ਬਣ ਜਾਂਦਾ, 2 ਮਹੀਨਿਆਂ ਦਾ ਸਾਈਕਲ ਹੈ, ਉਹ ਤਾਂ ਪਹਿਲੇ ਦਿੰਦੇ ਹਾਂ। ਬਿਜਲੀ ਆਪਣੇ ਕੋਲ ਸੋਲਰ ਦੀ ਵੀ ਹੈਗੀ ਹੈ ਤੇ ਖੇਤਾਂ 'ਚ ਵੀ ਫ੍ਰੀ ਦਿੰਦੇ ਹਾਂ। ਹੁਣ ਜਿਹੜੀ ਆਹ ਥਰਮਲ ਪਲਾਂਟ ਹੈ ਇਹਦੇ ਨਾਲ ਫਾਇਦਾ ਜਿਹੜਾ ਉਹ ਤੁਹਾਡਾ ਸ਼ੁਰੂ ਹੋਊਗਾ ਹੁਣ, ਕਿਉਂਕਿ ਮੇਰੇ ਕੋਲ ਹੁਣ ਜੇ ਮੇਰੇ ਕੋਲ ਸਸਤੀ ਬਿਜਲੀ ਬਣ ਰਹੀ ਹੈ ਆਪਦੀ, ਤਾਂ ਮੈਂ ਆਪਦੇ ਇੰਡਸਟਰੀਲਿਸਟ ਨੂੰ ਹੋਰ ਸਸਤੀ ਦੇਵਾਂਗਾ, ਤਾਂ ਤੋ ਸਸਤੀ ਬਿਜਲੀ ਦੇਵਾਂਗੇ, ਤੁਸੀਂ ਵੀ ਤੁਹਾਡਾ ਪ੍ਰੋਫਿਟ ਅਪ ਜਾਣਗੇ, ਤੁਸੀਂ ਯੂਨਿਟ ਵਧਾਓਗੇ, ਮੁੰਡੇ ਕੁੜੀਆਂ ਨੂੰ ਹੋਰ ਕੰਮ ਮਿਲੂਗਾ, ਹੋਰ ਜਿਹੜੇ ਪ੍ਰਦੇਸ਼ਾਂ ਚੋਂ ਵੀ ਆਉਣਗੇ ਕਿ ਆਪਾਂ ਭਾਈ ਸਸਤੀ ਕਰਤੀ, ਆ ਜਾਓ ਸਾਡੇ ਕੋਲ ਆਪਣਾ, ਜਦੋਂ ਪ੍ਰੋਡਕਸ਼ਨ ਹੀ ਆਪਣੀ ਹੋਗੀ। ਇਹਨਾਂ ਨੇ ਤਾਂ 17 ਰੁਪਏ 80 ਪੈਸੇ ਪਰ ਯੂਨਿਟ ਦਾ ਸੋਲਰ ਨਾਲ ਵੀ ਸਮਝੌਤੇ ਕੀਤੇ ਹੋਏ ਨੇ, ਸੋਲਰ ਨਾਲ। ਅੱਜ ਅਸੀਂ ਸਮਝੌਤਾ ਕੀਤਾ 1100 ਮੈਗਾਵਾਟ ਦਾ, ਕੇਂਦਰ ਸਰਕਾਰ ਦੀ ਇੱਕ ਕੰਪਨੀ ਹੈ ਰਾਜਸਥਾਨ ਚ, ਉਹਨਾਂ ਦੇ ਸੋਲਰ ਨੇ। ਮੈਂ ਦੇਖੋ ਕਿਸ ਤਰੀਕੇ ਨਾਲ ਉਹਨਾਂ ਦਾ ਅਸੀਂ ਕਰਦੇ ਹਾਂ ਕੰਮ। ਉਹ ਪਹਿਲਾਂ ਕਹਿੰਦੇ 2 ਰੁਪਏ 76 ਪੈਸੇ, ਮੈਂ ਕਿਹਾ ਵੀ ਨਹੀਂ ਘਟਾਓ ਜ਼ਿਆਦਾ ਹੈ, ਜ਼ਿਆਦਾ ਹੈ। ਕਰਦੇ ਕਰਾਉਂਦੇ ਕਹਿੰਦੇ ਜੀ 2 ਰੁਪਏ 62 ਪੈਸੇ, ਮੈਂ ਨਾ ਜ਼ਿਆਦਾ ਹੈ। ਜਿਵੇਂ ਆਪਾਂ ਨੀ ਦੁਕਾਨ ਤੇ ਜਾਂਦੇ, ਆਪਾਂ ਦੁਕਾਨ ਤੇ ਜਾ ਕੇ ਆਪਾਂ ਦੁਕਾਨ ਤੁਹਾਨੂੰ ਕਹਿੰਦੇ ਨਾ ਨਾ ਯਾਰ ਠੀਕ ਠੀਕ ਲਾ ਲਾ, ਰੋਜ਼ ਹੀ ਆਉਂਦੇ ਹਾਂ, ਤੇਰੇ ਗਾਹਕ ਆ ਯਾਰ। ਅਸੀਂ ਕਹਿੰਦੇ ਨਾ ਜ਼ਿਆਦਾ ਹੈ। ਫਿਰ ਬਿਠਾਏ ਮੈਂ ਅਫਸਰ, ਕਹਿੰਦੇ 2 ਰੁਪਏ 57 ਪੈਸੇ, ਮੈਂ ਕਿਹਾ ਹੋਰ ਘਟਾਓ ਯਾਰ, ਮੈਨੂੰ ਮੇਰੇ ਨਾਮ ਮਿਲਾ ਦਿਓ। ਮੈਂ ਕਿਹਾ ਹੁਣ ਮੈਨੂੰ ਮੈਂ ਮਿਲਿਆ, ਮੈਂ ਕਿਹਾ ਜੀ ਕਮਾਲ ਹੈ, ਐਡੀ ਵਧੀਆ ਕੰਮ ਦੇ ਰਿਹਾ ਤੁਹਾਨੂੰ ਇੰਨਾ, 1100, ਚਲੋ ਫਿਰ ਐਂ ਕਰੋ 3 ਪੈਸੇ ਹੋਰ ਘਟਾਓ, 2 ਰੁਪਏ 54 ਪੈਸੇ ਤੇ ਖਤਮ ਕਰਦੇ ਹਾਂ। ਉਹ ਕਹਿੰਦੇ 3 ਪੈਸੇ ਜੀ ਸਰਕਾਰ ਕੋ ਕਿਆ ਫਰਕ ਪੜੇਗਾ, ਮੈਂ ਕਿਹਾ ਤੁਹਾਨੂੰ ਬਾਅਦ ਚ ਦੱਸਦਾ, ਪਹਿਲਾਂ ਡੀਲ ਕਰੋ। 2 ਰੁਪਏ 54 ਪੈਸੇ ਤੇ ਅਸੀਂ ਸਾਈਨ ਕਰ ਲਏ, ਉਹ 3 ਪੈਸਿਆਂ ਨਾਲ 350 ਕਰੋੜ ਰੁਪਏ 1 ਸਾਲ ਦਾ ਬਚਦਾ ਭਾਜੀ, 1 ਸਾਲ। ਇਸ ਤਰ੍ਹਾਂ ਮੈਂ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਸੇਵਾ ਸੰਭਾਲ ਕਰ ਰਿਹਾ, ਮੈਂ 1 ਰੁਪਇਆ ਨਹੀਂ ਮੈਂ ਇਧਰ ਉਧਰ ਜਾਣ ਦੇਊਂਗਾ। ਔਰ ਜਿਹਨੇ ਪਹਿਲਾਂ ਖਾ ਲਿਆ ਉਹਨੂੰ ਲੱਭਣ ਚ ਵੀ ਮੈਂ ਕੋਈ ਕਸਰ ਨਹੀਂ ਛੱਡਣੀ। ਪਹਾੜਾਂ ਦੇ ਪਹਾੜ ਖਾ ਗਏ, ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਵੱਡੇ ਵੱਡਿਆਂ ਦੇ ਨਿਕਲਣਗੇ, ਹੁਣ ਕਿਸੇ ਐਡੇ ਐਡੇ ਐਗਰੀਮੈਂਟ ਕੀਤੇ ਹੋਏ ਨੇ, ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਲੋਕਾਂ ਲਈ ਕੀ ਨੇ, ਜਿਹੜੀ ਆਪਦੀ ਇੰਡਸਟਰੀਆਂ ਦੇ ਲਈ ਕੀ ਨੇ। ਆਉਣਗੇ ਖੁਲਾਸੇ 2-4 ਦਿਨਾਂ 'ਚ ਹੀ, ਤੁਸੀਂ ਹੈਰਾਨ ਰਹਿ ਜਾਓਗੇ ਯਾਰ, ਆਹ ਕਮਾਲ ਹੈ ਯਾਰ, ਇਹਨਾਂ ਨੂੰ ਵੋਟਾਂ ਪਾਈ ਗਈ ਯਾਰ। ਹੁਣ ਉਹ ਚੱਲ ਪਏ ਕਹਿੰਦੇ ਪੰਜਾਬ ਬਚਾਓ ਯਾਤਰਾ, ਮੈਂ ਕਿਹਾ ਤੁਹਾਡੇ ਤੋਂ ਤਾਂ ਬਚਾਇਆ ਹੁਣ ਥੋੜ੍ਹੇ ਚਿਰ ਪਹਿਲਾਂ ਹੀ, ਦੱਸੋ ਉਹਨਾਂ ਤੋਂ ਤਾਂ ਬਚਾਇਆ ਜੀ। ਹਾਂ ਪਰਿਵਾਰ ਬਚਾਓ ਯਾਤਰਾ ਜ਼ਰੂਰ ਹੋ ਸਕਦੀ ਹੈ,
ਵੀ ਸਾਡਾ ਪਰਿਵਾਰ ਬਚਾਓ, ਕਿਉਂਕਿ ਟੱਬਰਾਂ ਦੇ ਟੱਬਰ ਤਾਂ ਵਿਹਲੇ ਕਰਤੇ ਤੁਸੀਂ, ਕੁਛ ਛੱਡਿਆ ਹੀ ਨਹੀਂ। ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਹੁੰਦੇ, ਸਭ ਮਾਂਜ ਕੇ ਰੱਖਤੇ ਤੁਸੀਂ। ਟੱਬਰਾਂ ਦੇ ਟੱਬਰ ਵਿਹਲੇ ਹੋ ਗਏ, ਔਰ ਲੀਡਰਾਂ ਦੇ ਮੁੰਡਿਆਂ ਦੀ ਇੱਕ ਪ੍ਰੋਬਲਮ ਹੈ, ਆਪਾਂ ਤਾਂ ਜੇ ਇੱਕ ਕੰਮ ਤੋਂ ਫੇਲ ਹੋ ਗਏ ਦੂਜਾ ਵੀ ਕਰ ਲੈਂਦੇ ਹਾਂ, ਇਹਨਾਂ ਨੂੰ ਤਾਂ ਹੋਰ ਕੁਛ ਆਉਂਦਾ ਹੀ ਨਹੀਂ ਰਾਜਨੀਤੀ ਤੋਂ ਬਿਨਾਂ। ਇਹ ਤਾਂ ਜੇ MLA ਨਾ ਬਣਨ, ਇਹ ਤਾਂ ਕਮਲੇ ਹੋ ਜਾਂਦੇ ਆ। ਤੁਸੀਂ ਦੇਖ ਲਓ, ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਨਾ ਸਾਰੇ ਹੀ, ਜਿਹੜਾ ਆਉਂਦਾ ਤੜਕੀ ਮੈਨੂੰ ਗਾਲਾਂ ਕੱਢ ਲੈਣ ਸਾਰੇ ਵੱਡੇ ਵੱਡੇ ਲੀਡਰ, ਕਿਉਂਕਿ ਉਹਨਾਂ ਦੀਆਂ ਕੁਰਸੀਆਂ ਚਲੀਆਂ ਗਈਆਂ। ਤੁਸੀਂ ਹਾਲਾਤ ਦੇਖ ਲਓ ਕਿ ਅਜੇ ਤਾਂ 21-22 ਮਹੀਨਿਆਂ ਦੇ ਵਿੱਚ ਇਹਨਾਂ ਦਾ ਆਹ ਹਾਲ ਹੈ। 3-4 ਸਾਲ ਜਦੋਂ ਹੋ ਗਏ ਆਪਣੀ ਸਰਕਾਰ ਨੂੰ ਚੱਲਦਿਆਂ ਨੂੰ, ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਮਾਰਨ ਲੱਗ ਜਾਣਗੇ ਯਾਰ। ਇਹ ਝੱਲ ਹੀ ਨਹੀਂ ਰਹੇ, ਬਰਦਾਸ਼ਤ ਹੀ ਨਹੀਂ ਕਰ ਰਹੇ। ਕੋਈ ਆਮ ਬੰਦੇ ਆ ਗਏ ਯਾਰ, ਆ ਬੈਠੇ ਸਾਡੇ, ਕਿਹੜਾ ਪੋਲੀਟੀਕਲ ਬੈਕਗਰਾਉਂਡ ਵਾਲੇ ਦੱਸੋ। 92-80 ਪਹਿਲੀ ਵਾਰ ਜਿੱਤੇ ਹੋਏ ਨੇ, 27-28 ਸਾਲ ਦੇ ਮੁੰਡੇ ਕੁੜੀਆਂ ਜਿੱਤੇ ਨੇ, ਔਰ ਵੱਡੇ ਵੱਡੇ ਹਰਾਏ ਨੇ। ਕਿਹਨੇ ਹਰਾਏ ਨੇ? ਸਾਡਾ ਅਸੀਂ ਰਹੇ ਨੇ? ਨਾ ਨਾ ਨਾ, ਸਾਡੀ ਔਕਾਤ ਨਹੀਂ ਹੈਗੀ। ਇਹ ਪਬਲਿਕ ਦੇ ਹੱਥ 'ਚ ਹੈ ਜੀ, ਲੋਕਾਂ ਦੇ ਹੱਥ 'ਚ ਹੈ, ਲੋਕਾਂ ਨੇ ਹਰਾਏ ਨੇ।